ਹਾਂਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਟੈਟਪਜ਼ਰ ਅਕੈਡਮੀ ਦੇ ਇਸ ਆਨਲਾਈਨ ਪਲੈਟਫਾਰਮ ਪਰ। ਮੈਂ ਸਾਰਿਆਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ ਬੱਚੇ। ਸੋ ਮੈਪ ਦੇ ਨਾਲ ਰਿਲੇਟਡ ਬੱਚੇ ਸਾਡੀ ਇੱਕ ਕਲਾਸ ਹੋ ਚੁੱਕੀ ਹੈ, ਅੱਜ ਇਸ ਦੇ ਨਾਲ ਰਿਲੇਟਡ ਸਾਡੀ ਦੂਸਰੀ ਕਲਾਸ ਲੈਣ ਵਾਲੀ ਹੈ। ਬਹੁਤ ਸਾਰੀਆਂ ਚੀਜ਼ਾਂ ਅਸੀਂ ਮੈਪ ਦੇ ਨਾਲ ਰਿਲੇਟਡ ਕਰ ਚੁੱਕੇ ਹਾਂ। ਸੋ ਲਾਸਟ ਟਾਈਮ ਅਸੀਂ ਕੀਤਾ ਸੀਗਾ ਕਿ ਭਾਰਤ ਦਾ ਜੋ ਕੋਸਟਲ ਏਰੀਆ ਹੈ ਉਹ ਤਕਰੀਬਨ 13 ਸਟੇਟਾਂ ਨੂੰ, ਜਿਨ੍ਹਾਂ ਦੇ ਵਿੱਚੋਂ 9 ਤਾਂ ਪ੍ਰੋਪਰ ਜੋ ਸਟੇਟ ਨੇ ਉਹਨਾਂ ਨੂੰ ਛੂੰਹਦਾ ਹੈ ਅਤੇ 4 ਜਿਹੜੀਆਂ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਜਾਂ ਫਿਰ ਕਹਿ ਸਕਦੇ ਹਾਂ ਯੂਨੀਅਨ ਟੈਰੀਟਰੀ ਹੈ ਜਿਹਨਾਂ ਨੂੰ ਅਸੀਂ ਯੂਟੀ ਬੋਲ ਦਿੰਦੇ ਹਾਂ, ਉਹਨਾਂ ਨੂੰ ਕੀ ਕਰਦਾ ਹੈ, ਛੂੰਹਦਾ ਹੈ। ਤਾਂ ਬਈ ਜਿਹੜਾ ਇਹ ਭਾਰਤ ਦਾ ਕੋਸਟਲ ਏਰੀਆ ਹੈ ਇਸ ਦੇ ਨਾਲ ਰਿਲੇਟਡ ਸਾਨੂੰ ਅਕਸਰ ਹੀ ਕੁਸ਼ਚਨ ਜਿਹੜੇ ਹੈ ਉਹ ਪੁੱਛੇ ਜਾਂਦੇ ਹੁੰਦੇ ਆ ਕਿ ਜਿਹੜੇ ਜਿਹੜੇ ਏਰੀਆਜ਼ ਨੂੰ ਛੂੰਹਦਾ ਹੈ ਇਹਨਾਂ ਨੂੰ ਵੱਖੋ ਵੱਖਰੇ ਨਾਮ ਜਿਹੜੇ ਨੇ ਉਹ ਕਿਤੇ ਨਾ ਕਿਤੇ ਦਿੱਤੇ ਜਾਂਦੇ। ਮੰਨ ਲਓ ਕਿ ਆਹ ਜਿਹੜਾ ਏਰੀਆ ਹੈ ਇਸਨੂੰ ਕੀ ਕਿਹਾ ਜਾਂਦਾ ਹੈ ਜੀ, ਇਸ ਏਰੀਆਜ਼ ਨੂੰ ਕੀ ਕਿਹਾ ਜਾਂਦਾ ਹੈ, ਆਹ ਵਾਲਾ ਏਰੀਆ ਹੈ ਇਸਨੂੰ ਕੀ ਕਿਹਾ ਜਾਂਦਾ ਹੈ, ਜਾਂ ਫਿਰ ਆਹ ਵਾਲਾ ਪ੍ਰੋਪਰ ਏਰੀਆ ਇਸਨੂੰ ਕੀ ਨਾਮ ਦਿੱਤਾ ਜਾਂਦਾ ਹੈ। ਤਾਂ ਭਾਰਤ ਦੇ ਮੈਪ ਦੇ ਵਿੱਚ ਜਿੰਨਾ ਵੀ ਸਾਨੂੰ ਕੋਸਟਲ ਏਰੀਆ ਦਿੱਤਾ ਹੋਇਆ ਹੈ ਜਾਂ ਫਿਰ ਕਹਿ ਸਕਦੇ ਹਾਂ ਜਿਹੜਾ ਸਾਡਾ ਤੱਟਵਰਤੀ ਏਰੀਆ ਦਿੱਤਾ ਹੋਇਆ, ਠੀਕ ਹੈ ਜੀ, ਕਿਹੜਾ ਏਰੀਆ ਦਿੱਤਾ ਹੋਇਆ, ਤੱਟਵਰਤੀ ਏਰੀਆ ਜਿਹੜਾ ਸਾਨੂੰ ਦਿੱਤਾ ਹੋਇਆ ਉਹ ਕਿਸ ਤਰੀਕੇ ਦੇ ਨਾਲ ਦਿੱਤਾ ਹੋਇਆ ਹੈ, ਉਸਦੇ ਨਾਲ ਰਿਲੇਟਡ ਸਾਨੂੰ ਅਕਸਰ ਹੀ ਕੁਸ਼ਚਨ ਜਿਹੜਾ ਬੱਚੇ ਪੁੱਛ ਲਿਆ ਜਾਂਦਾ, ਠੀਕ ਹੈ ਵੀ। ਤਾਂ ਕਿਹੜੇ ਕਿਹੜੇ ਨੂੰ ਕੀ ਕੁਛ ਕਿਹਾ ਜਾਂਦਾ ਇਸੇ ਦੇ ਨਾਲ ਰਿਲੇਟਡ ਗੱਲ ਕਰਦੇ ਹਾਂ। ਤਾਂ ਬੱਚੇ ਜਿਹੜਾ ਗੁਜਰਾਤ ਦਾ ਆਹ ਵਾਲਾ ਏਰੀਆ, ਠੀਕ ਹੈ ਵੀ, ਗੁਜਰਾਤ ਦਾ ਆਹ ਵਾਲਾ ਏਰੀਆ ਹੈ ਜਿਹੜਾ ਕਿ ਇੱਥੋਂ ਤੱਕ ਛੁੰਦਾ, ਠੀਕ ਹੈ ਵੀ, ਬਹੁਤ ਘੱਟ ਏਰੀਆ ਹੈ ਜਿਹੜਾ ਕਿ ਇੱਕ ਖਾੜੀ ਦੀ ਤਰ੍ਹਾਂ ਕੰਮ ਕਰ ਰਿਹਾ ਹੈ, ਇਸਨੂੰ ਕੀ ਕਿਹਾ ਜਾਂਦਾ ਹੈ, ਤਾਂ ਇਸਨੂੰ ਬੱਚੇ ਕੱਛ ਦਾ ਏਰੀਆ ਕਿਹਾ ਜਾਂਦਾ, ਠੀਕ ਹੈ ਵੀ, ਇਸਨੂੰ ਕੀ ਕਿਹਾ ਜਾਂਦਾ ਹੈ, ਤਾਂ ਕੱਛ ਦਾ ਏਰੀਆ ਜੋ ਹੈ ਉਹ ਇਸੇ ਨੂੰ ਹੀ ਕਿਹਾ ਜਾਂਦਾ ਹੈ। ਆਹ ਵਾਲਾ ਜੋ ਏਰੀਆ ਹੈ ਬੱਚੇ ਇਹ ਕਾਹਦਾ ਏਰੀਆ ਹੈ, ਤਾਂ ਅਸੀਂ ਕਹਿ ਸਕਦੇ ਹਾਂ ਕੱਛ ਜੋ ਹੈ ਉਹ ਕਿਤੇ ਨਾ ਕਿਤੇ ਇੱਥੇ ਕੰਮ ਜਿਹੜਾ ਹੈ ਕਰਦਾ ਹੈ। ਇਹ ਵਾਲਾ ਏਰੀਆ ਕਿਹੜਾ ਹੈ, ਤਾਂ ਕੱਛ ਦਾ ਏਰੀਆ। ਕਈ ਵਾਰ ਕੁਸ਼ਚਨ ਸਾਡੇ ਤੋਂ ਪੁੱਛ ਲਿਆ ਜਾਂਦਾ ਕਿ ਇਸ ਏਰੀਏ ਨੂੰ ਕੀ ਕਿਹਾ ਜਾਂਦਾ, ਕੱਛ ਕਿਹਾ ਜਾਂਦਾ। ਹੁਣ ਦੇਖੋ ਗੁਜਰਾਤ ਦੋ ਭਾਗਾਂ ਦੇ ਵਿੱਚ ਵੰਡਿਆ ਹੋਇਆ, ਆਹ ਉੱਪਰਲਾ ਏਰੀਆ ਤਾਂ ਅਸੀਂ ਕਰ ਚੁੱਕੇ ਹਾਂ ਕਿ ਇਸ ਨੂੰ ਕੱਛ ਕਿਹਾ ਜਾਂਦਾ, ਜੋ ਨੀਚੇ ਵਾਲਾ ਏਰੀਆ, ਠੀਕ ਹੈ ਵੀ, ਆਹ ਪ੍ਰੋਪਰ ਏਰੀਆ ਹੈ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਆਹ ਵਾਲਾ ਜਿਹੜਾ ਪੂਰੇ ਦਾ ਪੂਰਾ ਏਰੀਆ ਹੈ ਇਸਨੂੰ ਕੀ ਕਿਹਾ ਜਾਂਦਾ ਹੈ, ਤਾਂ ਇਸਨੂੰ ਬੱਚੇ ਨਾਮ ਦਿੱਤਾ ਗਿਆ ਹੈ ਕਾਠੀਆਵਾੜ, ਠੀਕ ਹੈ ਵੀ, ਇਸਨੂੰ ਕੀ ਨਾਮ ਦਿੱਤਾ ਗਿਆ ਹੈ, ਕਾਠੀਆਵਾੜ, ਇਸਨੂੰ ਜਿਹੜਾ ਹੈ ਕਿਹਾ ਗਿਆ ਹੈ। ਉੱਪਰ ਵਾਲੇ ਨੂੰ ਇਸ ਏਰੀਆ ਨੂੰ ਕੱਛ ਕਿਹਾ ਗਿਆ, ਇਸ ਏਰੀਆ ਨੂੰ ਪੂਰੇ ਦੇ ਪੂਰੇ ਨੂੰ ਕਾਠੀਆਵਾੜ ਕਿਹਾ ਗਿਆ। ਹੁਣ ਇੰਨਾ ਏਰੀਆ ਤਾਂ ਆਪਾਂ ਸਮਝ ਚੁੱਕੇ ਹਾਂ, ਗੁਜਰਾਤ ਦਾ ਕੁਛ ਹਿੱਸਾ ਜੋ ਦਮਨ ਦੀਪ ਤੇ ਇੱਥੋਂ ਤੱਕ ਲੱਗਦਾ ਹੈ ਇਸਨੂੰ ਕੀ ਕਿਹਾ ਗਿਆ ਹੈ ਜੀ, ਇਸਦਾ ਵੀ ਕੋਈ ਨਾ ਕੋਈ ਨਾਮ ਤਾਂ ਦਿੱਤਾ ਗਿਆ ਹੋਣਾ, ਤਾਂ ਇਸਨੂੰ ਜਿਹੜਾ ਨਾਮ ਦਿੱਤਾ ਗਿਆ ਬੱਚੇ ਅਸੀਂ ਕਹਿ ਸਕਦੇ ਹਾਂ ਕਿ ਇਸਨੂੰ ਜਿਹੜਾ ਹੈ ਗੁਜਰਾਤ ਪਲੈਨ ਕਿਹਾ ਗਿਆ। ਆਹ ਵਾਲਾ ਏਰੀਆ ਜਿਹੜਾ ਬੱਚੇ ਇਸਨੂੰ ਕੀ ਨਾਮ ਦਿੱਤਾ ਗਿਆ, ਤਾਂ ਆਪਾਂ ਕਹਿ ਸਕਦੇ ਹਾਂ ਕਿ ਇਸਨੂੰ ਜਿਹੜਾ ਨਾਮ ਦਿੱਤਾ ਗਿਆ ਉਹ ਕਿਤੇ ਨਾ ਕਿਤੇ ਗੁਜਰਾਤ ਪਲੈਨ ਜਿਹੜਾ ਬੱਚੇ ਨਾਮ ਜਿਹੜਾ ਹੈ ਦਿੱਤਾ ਗਿਆ, ਮਤਲਬ ਕਿ ਮਹਾਰਾਸ਼ਟਰ ਦੇ ਨਾਲ ਲੱਗਦਾ ਹੋਇਆ ਜਿਹੜੀ ਆਹ ਵਾਲੀ ਦਮਨ ਦੀਵ ਅਤੇ ਸਟੇਟ ਲਾਈਨ ਹੈ ਇਸਨੂੰ ਕੀ ਕਿਹਾ ਗਿਆ, ਇਸਨੂੰ ਬੱਚੇ ਗੁਜਰਾਤ ਪਲੈਨ ਅਸੀਂ ਕਹਿ ਸਕਦੇ ਹਾਂ ਕਿਹਾ ਗਿਆ। ਗੁਜਰਾਤ ਦੇ ਨਾਲ ਲੱਗਦੇ ਹੋਏ ਤਿੰਨ ਏਰੀਆ ਸਾਨੂੰ ਦਿੱਤੇ ਗਏ ਨੇ, ਕਿਹੜੇ ਕਿਹੜੇ ਤਿੰਨ ਦਿੱਤੇ ਗਏ ਨੇ, ਉੱਪਰ ਵਾਲੇ ਨੂੰ ਕੱਛ ਕਿਹਾ ਜਾਂਦਾ, ਕੱਛ ਦਾ ਏਰੀਆ, ਥੱਲੇ ਜਿਹੜੀ ਆਹ ਵਾਲਾ ਏਰੀਆ ਬੱਚੇ ਇਸਨੂੰ ਕਾਠੀਆਵਾੜ ਦਾ ਏਰੀਆ ਕਿਹਾ ਗਿਆ, ਕਾਠੀਆਵਾੜ ਸ਼ਬਦ ਯੂਜ਼ ਕੀਤਾ ਗਿਆ।
ਜਿਹੜਾ ਇਹ ਸਟੇਟ ਲਾਈਨ ਹੈ, ਜਿਹੜੀ ਆਹ ਵਾਲੀ ਸਟੇਟ ਲਾਈਨ ਹੈ, ਇਸ ਨੂੰ ਕੀ ਕਿਹਾ ਗਿਆ? ਤਾਂ ਇਸ ਨੂੰ ਬੱਚੇ ਅਸੀਂ ਕਹਿ ਸਕਦੇ ਹਾਂ ਗੁਜਰਾਤ ਪਲੈਨ ਦਾ ਨਾਮ ਜੋ ਹੈ ਉਹ ਕਿਤੇ ਨਾ ਕਿਤੇ ਦਿੱਤਾ ਗਿਆ। ਹੁਣ ਦੇਖੋ, ਹੁਣ ਇੱਥੋਂ ਲੈ ਕੇ ਆਹ ਪੂਰੇ ਦਾ ਪੂਰਾ ਏਰੀਆ ਹੈ ਬੱਚੇ, ਗੁਜਰਾਤ ਪਲੈਨ ਤੋਂ ਲੈ ਕੇ ਜਿੱਥੇ ਕਿ ਮਹਾਰਾਸ਼ਟਰ ਦੀ ਹੱਦ ਸ਼ੁਰੂ ਹੁੰਦੀ ਹੈ ਅਤੇ ਕੇਰਲਾ ਦੀ ਹੱਦ ਸ਼ੁਰੂ ਹੁੰਦੀ ਹੈ, ਤਿੰਨ ਰਾਜ ਜਿਹੜੇ ਨੇ ਇਸਦੇ ਵਿੱਚ ਆਉਂਦੇ ਨੇ। ਅਕਸਰ ਹੀ ਇੱਥੋਂ ਜਿਹੜਾ ਹੈ ਸਾਡੇ ਤੋਂ ਕੁਸ਼ਚਨ ਜਿਹੜਾ ਹੈ ਬੱਚੇ ਪੁੱਛਿਆ ਜਾਂਦਾ ਹੈ ਕਿ ਜਿੱਥੋਂ ਮਹਾਰਾਸ਼ਟਰ ਸਟਾਰਟ ਹੋਏਗਾ ਅਤੇ ਆਪਾਂ ਕਹਿ ਸਕਦੇ ਹਾਂ ਕੇਰਲਾ ਸਟਾਰਟ ਹੁੰਦਾ, ਵਿਚਾਲੇ ਜਿਹੜੇ ਤਿੰਨ ਏਰੀਆ ਤਿੰਨ ਸਟੇਟਾਂ ਕਿਹੜੀਆਂ ਕਿਹੜੀਆਂ ਆ ਜਾਂਦੀਆਂ, ਮਹਾਰਾਸ਼ਟਰ ਆ ਜਾਂਦਾ, ਕਰਨਾਟਕਾ ਆ ਜਾਂਦਾ ਤੇ ਇੱਕ ਛੋਟਾ ਰਾਜ ਜਿਹੜਾ ਹੈ ਗੋਆ ਆ ਜਾਂਦਾ। ਇਸਨੂੰ ਕੀ ਨਾਮ ਦਿੱਤਾ ਗਿਆ? ਤਾਂ ਇਸਨੂੰ ਬੱਚੇ ਕੋਕਣ ਕੋਸਟ ਕਿਹਾ ਗਿਆ। ਬਹੁਤ ਇੰਪੋਰਟੈਂਟ ਹੈ, ਕਈ ਵਾਰ ਇਸ ਦੇ ਨਾਲ ਰਿਲੇਟਡ ਪੁੱਛਿਆ ਜਾਂਦਾ ਹੁੰਦਾ ਕਿ ਕੋਕਣ ਕੋਸਟ ਜਿਹੜੀ ਹੈ ਉਹ ਕਿਸਦੇ ਪਾਸੇ ਪੈਂਦੀ ਹੈ? ਤਾਂ ਬਾਈ ਇਹ ਕਿਹੜੇ ਪਾਸੇ ਪੈਂਦੀ ਹੈ? ਸਟਾਰਟਿੰਗ ਤੋਂ ਅਸੀਂ ਜਿਨ੍ਹਾਂ ਨੇ ਸਾਡੀ ਪਹਿਲੀ ਕਲਾਸ ਨਹੀਂ ਦੇਖੀ ਉਹ ਜ਼ਰੂਰ ਦੇਖਿਓ ਜੇ, ਕੋਕਣ ਕੋਸਟ ਜਿਹੜੀ ਹੈ ਬੱਚੇ ਉਹ ਅਰਬ ਸਾਗਰ ਦੇ ਵਿੱਚ ਪੈਂਦੀ ਹੈ। ਠੀਕ ਹੈ ਵੀ, ਇਸ ਤਰੀਕੇ ਦਾ ਕੁਸ਼ਚਨ ਜਿਹੜਾ ਹੈ ਸਾਡੇ ਤੋਂ ਪੁੱਛਿਆ ਜਾ ਸਕਦਾ ਹੈ ਕਿ ਕੋਕਣ ਕੋਸਟ ਜਿਹੜੀ ਹੈ ਉਹ ਕਿਸ ਏਰੀਆ ਦੇ ਵਿੱਚ ਪੈਂਦੀ ਹੈ? ਤਾਂ ਕੋਕਣ ਕੋਸਟ ਜਿਹੜੀ ਹੈ ਬੱਚੇ ਤਿੰਨ ਰਾਜਾਂ ਨੂੰ ਘੇਰਦੀ ਹੈ, ਮਹਾਰਾਸ਼ਟਰ, ਗੋਆ ਅਤੇ ਕਰਨਾਟਕਾ ਦਾ ਕੁਝ ਏਰੀਆ, ਜਿੱਥੋਂ ਤੱਕ ਕਿ ਆਪਾਂ ਕਹਿ ਸਕਦੇ ਹਾਂ ਜਿੱਥੋਂ ਕੇਰਲਾ ਸਟਾਰਟ ਹੁੰਦਾ। ਇਸਨੂੰ ਕੀ ਨਾਮ ਦਿੱਤਾ ਗਿਆ? ਤਾਂ ਇਸਨੂੰ ਪ੍ਰੋਪਰ ਰੂਪ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕੋਕਣ ਕੋਸਟ ਦਾ ਨਾਮ ਜਿਹੜਾ ਹੈ ਉਹ ਕਿਤੇ ਨਾ ਕਿਤੇ ਦਿੱਤਾ ਗਿਆ। ਹੁਣ ਦੇਖੋ ਵੀ ਇੱਥੋਂ ਤੱਕ ਤਾਂ ਕੋਕਣ ਕੋਸਟ ਹੋ ਗਈ, ਫਿਰ ਇਸ ਏਰੀਆ ਨੂੰ ਕੀ ਨਾਮ ਦਿੱਤਾ ਗਿਆ? ਜੋ ਕੇਰਲਾ ਵਾਲੀ ਸਾਈਡ ਹੈ, ਜੋ ਕੇਰਲਾ ਤੋਂ ਲੈ ਕੇ ਤੇ ਅਸੀਂ ਤਾਮਿਲਨਾਡੂ ਤੱਕ ਕਹਿ ਸਕਦੇ ਹਾਂ, ਇਸਨੂੰ ਕੀ ਨਾਮ ਦਿੱਤਾ ਗਿਆ? ਇਸਨੂੰ ਬੱਚੇ ਮਾਲਾਬਾਰ ਕੋਸਟ ਕਿਹਾ ਗਿਆ। ਠੀਕ ਹੈ ਵੀ, ਇਸਨੂੰ ਕੀ ਨਾਮ ਦਿੱਤਾ ਗਿਆ? ਮਾਲਾਬਾਰ ਕੋਸਟ ਜਿਹੜਾ ਹੈ ਇਸਨੂੰ ਨਾਮ ਜਿਹੜਾ ਹੈ ਉਹ ਦਿੱਤਾ ਗਿਆ। ਬਈ ਇਸ ਸਾਈਡ ਤੋਂ ਪੱਛਮੀ ਸਾਈਡ ਤੋਂ ਜਿਹੜੀਆਂ ਚੀਜ਼ਾਂ ਅਸੀਂ ਕਰ ਚੁੱਕੇ ਹਾਂ, ਸਭ ਤੋਂ ਉੱਪਰ ਕੱਛ ਦਾ ਏਰੀਆ ਹੈ, ਜਿਹੜਾ ਤੱਟਵਰਤੀ ਏਰੀਆ ਹੈ ਉਹ ਵਾਲਾ ਛੁੰਦਾ ਹੈ, ਫਿਰ ਆਪਾਂ ਕਹਿ ਸਕਦੇ ਹਾਂ ਕਾਠਿਆਵਾੜ ਦਾ, ਫਿਰ ਆਪਾਂ ਕਹਿ ਸਕਦੇ ਹਾਂ ਗੁਜਰਾਤ ਪਲੈਨ ਹੈ ਜੋ ਕਿ ਕਿਤੇ ਨਾ ਕਿਤੇ ਇਸ ਏਰੀਆ ਨੂੰ ਛੁੰਦਾ। ਜਿਹੜਾ ਸਭ ਤੋਂ ਵੱਡਾ ਏਰੀਆ ਹੈ ਉਹ ਕਿਹੜਾ ਏਰੀਆ ਹੈ? ਬਈ ਕੋਕਣ ਦਾ ਏਰੀਆ ਹੈ। ਕਿਹੜਾ ਏਰੀਆ ਹੈ? ਕੋਕਣ ਦਾ ਏਰੀਆ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਇਸ ਤੱਕ ਛੁੰਦਾ ਹੈ। ਕੋਕਣ ਤੋਂ ਬਾਅਦ ਜੋ ਕੇਰਲਾ ਅਤੇ ਤਾਮਿਲਨਾਡੂ ਤੱਕ ਦਾ ਜੋ ਏਰੀਆ ਹੈ ਇਸਨੂੰ ਕਿਹੜੀ ਕੋਸਟ ਕਿਹਾ ਜਾਂਦਾ? ਤਾਂ ਇਸਨੂੰ ਬੱਚੇ ਮਾਲਾਬਾਰ ਕੋਸਟ ਜਿਹੜਾ ਹੈ ਨਾਮ ਅਸੀਂ ਕਹਿ ਸਕਦੇ ਹਾਂ ਦਿੱਤਾ ਗਿਆ। ਉਮੀਦ ਕਰਦਾ ਵੀ ਇੱਥੋਂ ਤੱਕ ਜਿਹੜਾ ਪੱਛਮੀ ਕੋਸਟਲ ਏਰੀਆ ਹੈ ਇਹ ਸਾਰੇ ਦਾ ਸਾਰਾ ਤੁਹਾਨੂੰ ਕਲੀਅਰ ਹੋਵੇਗਾ। ਇੱਥੋਂ ਤੱਕ ਚੀਜ਼ਾਂ ਕਲੀਅਰ ਨੇ ਬੱਚੇ, ਇੱਥੋਂ ਤੱਕ ਉਮੀਦ ਕਰਦਾ ਵੀ ਚੀਜ਼ਾਂ ਜਿਹੜੀਆਂ ਨੇ ਕਲੀਅਰ ਹੋਣਗੀਆਂ। ਠੀਕ ਹੈ ਵੀ, ਹੁਣ ਜਿਹੜੀ ਅਸੀਂ ਚੀਜ਼ ਦੇਖਾਂਗੇ ਉਹ ਦੇਖਾਂਗੇ ਬਈ ਜਿਹੜਾ ਆਹ ਵਾਲਾ ਏਰੀਆ ਹੈ ਜਿਹੜਾ ਕਿਹਦੇ ਵਿੱਚ ਆ ਜਾਂਦਾ? ਤਾਂ ਬੰਗਾਲ ਦੀ ਖਾੜੀ ਦੇ ਵਿੱਚ ਜੋ ਏਰੀਆ ਆ ਜਾਂਦਾ। ਠੀਕ ਹੈ ਵੀ, ਬੰਗਾਲ ਦੀ ਖਾੜੀ ਦੇ ਵਿੱਚ ਜਿਹੜਾ ਏਰੀਆ ਆਉਂਦਾ ਹੈ ਬੱਚੇ ਇੱਥੋਂ ਤੱਕ, ਮੰਨ ਲਓ ਕਿ ਕੋਲਕਾਤਾ ਤੋਂ ਲੈ ਕੇ ਇੱਥੋਂ ਤੱਕ ਦਾ ਜੋ ਏਰੀਆ ਹੈ ਅਸੀਂ ਜਨੇ ਗਨੇ ਮਨ ਦੇ ਵਿੱਚ ਪੜ੍ਹਦੇ ਨਾ ਉਤਕਲ ਬੰਗਾ, ਤਾਂ ਇਸਨੂੰ ਕੀ ਨਾਮ ਦਿੱਤਾ ਗਿਆ ਹੈ? ਉਤਕਲ ਕੋਸਟ। ਠੀਕ ਹੈ ਵੀ, ਇਸਨੂੰ ਕੀ ਨਾਮ ਦਿੱਤਾ ਗਿਆ ਹੈ? ਤਾਂ ਉਤਕਲ ਕੋਸਟ ਦਾ ਨਾਮ ਜਿਹੜਾ ਹੈ ਅਸੀਂ ਕਹਿ ਸਕਦੇ ਹਾਂ ਦਿੱਤਾ ਗਿਆ। ਠੀਕ ਹੈ ਵੀ, ਇਸ ਏਰੀਆ ਨੂੰ ਕਾਹਦਾ ਨਾਮ ਦਿੱਤਾ ਗਿਆ? ਤਾਂ ਇਸ ਏਰੀਆ ਨੂੰ ਬੱਚੇ ਅਸੀਂ ਕਹਿ ਸਕਦੇ ਹਾਂ ਉਤਕਲ ਕੋਸਟ ਦਾ ਨਾਮ ਜਿਹੜਾ ਹੈ ਉਹ ਕਿਤੇ ਨਾ ਕਿਤੇ ਦਿੱਤਾ ਗਿਆ। ਠੀਕ ਹੈ ਵੀ, ਇੱਥੋਂ ਲੈ ਕੇ ਇੱਥੋਂ ਤੱਕ ਦਾ ਜੋ ਏਰੀਆ ਇਸਨੂੰ ਕੀ ਨਾਮ ਦਿੱਤਾ ਗਿਆ?
ਉਤਕਲ ਪੋਸਟ ਦਾ ਨਾਮ ਦਿੱਤਾ ਗਿਆ। ਠੀਕ ਹੈ ਵੀ, ਕੀ ਨਾਮ ਦਿੱਤਾ ਗਿਆ ਹੈ? ਉਤਕਲ ਪੋਸਟ ਦਾ ਨਾਮ ਦਿੱਤਾ ਗਿਆ। ਕਈ ਵਾਰ ਇਹ ਕੁਸ਼ਚਨ ਜਿਹੜਾ ਹੈ ਸਾਡੇ ਤੋਂ ਪੁੱਛ ਲਿਆ ਜਾਂਦਾ ਹੈ ਕਿ ਇਸ ਏਰੀਆ ਨੂੰ ਕੀ ਨਾਮ ਦਿੱਤਾ ਗਿਆ, ਤਾਂ ਉਤਕਲ ਪਲੈਨ ਕਹਿ ਦਿੰਦੇ ਆ ਬਈ, ਜਾਂ ਤਾਂ ਇਸਨੂੰ ਉਤਕਲ ਪਲੈਨ ਦਾ ਨਾਮ ਦੇ ਦਿੱਤਾ ਜਾਂਦਾ, ਜਾਂ ਫਿਰ ਇਸਨੂੰ ਜਿਹੜਾ ਹੈ ਉਤਕਲ ਪੋਸਟ ਕਹਿ ਦਿੱਤਾ ਜਾਂਦਾ। ਬਈ ਜ਼ਿਆਦਾਤਰ ਉਤਕਲ ਪਲੈਨ ਦੇ ਨਾਮ ਨਾਲ ਹੀ ਇਸਨੂੰ ਕੀ ਕੀਤਾ ਜਾਂਦਾ ਹੈ, ਯਾਦ ਕੀਤਾ ਜਾਂਦਾ। ਸਾਰੇ ਦਾ ਸਾਰਾ ਏਰੀਆ ਕੀ ਹੈ ਬਈ, ਉਧਰੋਂ ਤਾਂ ਅਸੀਂ ਕਹਿ ਸਕਦੇ ਹਾਂ ਪੱਛਮੀ ਬੰਗਾਲ ਤੋਂ ਲੈ ਕੇ ਜਿੱਥੇ ਬਈ ਆਂਧਰਾ ਪ੍ਰਦੇਸ਼ ਦੀ ਹੱਦ ਸ਼ੁਰੂ ਹੁੰਦੀ ਹੈ, ਇੱਥੋਂ ਤੱਕ ਦੇ ਏਰੀਆ ਨੂੰ ਕੀ ਨਾਮ ਦਿੱਤਾ ਗਿਆ ਹੈ, ਉਤਕਲ ਪਲੈਨ ਦਾ ਨਾਮ ਜਿਹੜਾ ਹੈ ਉਹ ਕਿਤੇ ਨਾ ਕਿਤੇ ਦਿੱਤਾ ਗਿਆ। ਠੀਕ ਹੈ, ਹੁਣ ਜਿਹੜਾ ਭੁਵਨੇਸ਼ਵਰ ਹੈ ਨਾ ਬੱਚੇ, ਇੱਥੋਂ ਲੈ ਕੇ ਇੱਥੋਂ ਤੱਕ ਦਾ ਜੋ ਏਰੀਆ, ਮੰਨ ਲਓ ਕਿ ਅੱਧਾ ਉੜੀਸਾ ਕਹਿ ਸਕਦੇ ਹਾਂ, ਅਤੇ ਜਿੱਥੇ ਆਂਧਰਾ ਪ੍ਰਦੇਸ਼ ਦੀ ਹੱਦ ਖਤਮ ਹੁੰਦੀ ਹੈ, ਇਸਨੂੰ ਕਾਹਦਾ ਨਾਮ ਦਿੱਤਾ ਗਿਆ, ਤਾਂ ਇਸਨੂੰ ਬੱਚੇ ਨੌਰਥਨ ਸਰਕਸ ਦਾ ਨਾਮ। ਬਈ ਇੱਥੋਂ ਤੱਕ ਨੀ, ਇਸ ਚੀਜ਼ ਨੂੰ ਯਾਦ ਰੱਖਣਾ ਕਿ ਇੱਥੋਂ ਤੱਕ ਤਾਂ ਆ ਹੋ ਗਿਆ ਉਤਕਲ ਪਲੈਨ ਹੋ ਗਿਆ, ਇੱਥੋਂ ਲੈ ਕੇ ਤੇ ਇੱਥੋਂ ਤੱਕ, ਜਿੱਥੋਂ ਤੱਕ ਦਮਨ ਦਿਊ ਦਿੱਤਾ ਗਿਆ, ਇਸਨੂੰ ਬੱਚੇ ਨੌਰਥਨ ਸਰਕਸ ਦਾ ਨਾਮ ਦਿੱਤਾ ਗਿਆ। ਠੀਕ ਹੈ ਵੀ, ਕਾਹਦਾ ਨਾਮ ਦਿੱਤਾ ਗਿਆ, ਨੌਰਥਨ ਸਰਕਸ ਦਾ ਨਾਮ ਜਿਹੜਾ ਹੈ ਇਸ ਏਰੀਆ ਨੂੰ ਦਿੱਤਾ ਗਿਆ। ਹੁਣ ਦੇਖੋ ਇੱਥੋਂ ਲੈ ਕੇ ਇੱਥੋਂ ਤੱਕ ਜੋ ਏਰੀਆ, ਠੀਕ ਹੈ ਵੀ, ਇੱਥੋਂ ਲੈ ਕੇ ਇੱਥੋਂ ਤੱਕ ਦਾ ਜੋ ਏਰੀਆ ਹੈ, ਇਸ ਪੂਰੇ ਦੇ ਪੂਰੇ ਏਰੀਆ ਨੂੰ, ਭਾਵੇਂ ਆਂਧਰਾ ਪ੍ਰਦੇਸ਼ ਅਮਰਾਵਤੀ ਤੋਂ ਲੈ ਕੇ ਆਪਾਂ ਕਹਿ ਸਕਦੇ ਹਾਂ ਇੱਥੋਂ ਤੱਕ ਦਾ ਜੋ ਏਰੀਆ ਹੈ, ਇਸਨੂੰ ਕਾਹਦਾ ਨਾਮ ਦਿੱਤਾ ਗਿਆ, ਤਾਂ ਇਸਨੂੰ ਬੱਚੇ ਅਸੀਂ ਕਹਿ ਸਕਦੇ ਹਾਂ ਕੋਰੋਮੰਡਲ। ਕਾਹਦਾ ਨਾਮ ਦਿੱਤਾ ਗਿਆ ਬਈ, ਇਸਨੂੰ ਕੀ ਕਹਿੰਦੇ ਹੈ, ਕੋਰੋਮੰਡਲ ਦਾ ਨਾਮ ਜਿਹੜਾ ਹੈ ਉਹ ਦਿੱਤਾ ਗਿਆ। ਠੀਕ ਹੈ ਵੀ, ਕਾਹਦਾ ਨਾਮ ਦਿੱਤਾ ਗਿਆ, ਆਹ ਵਾਲਾ ਜਿਹੜਾ ਏਰੀਆ ਹੈ ਇਸਨੂੰ ਕਾਹਦਾ ਨਾਮ ਦਿੱਤਾ ਗਿਆ, ਤਾਂ ਕੋਰੋਮੰਡਲ ਦਾ ਨਾਮ ਕਿਤੇ ਨਾ ਕਿਤੇ ਦਿੱਤਾ ਗਿਆ। ਦੇਖੋ ਇਹੀ ਜਿਹੜੇ ਭਾਰਤ ਦੇ ਪੂਰੇ ਕੋਸਟਲ ਏਰੀਆ ਨੇ, ਇਸਦੇ ਨਾਲ ਰਿਲੇਟਡ ਸਾਨੂੰ ਕਈ ਵਾਰੀ ਪੁੱਛ ਲੈਂਦਾ ਕਿ ਕੋਰੋਮੰਡਲ ਕਿੱਧਰ ਪੈਂਦਾ ਬਈ, ਤਾਂ ਅਸੀਂ ਕਹਿ ਸਕਦੇ ਹਾਂ ਬੰਗਾਲ ਦੀ ਖਾੜੀ ਵਾਲੇ ਪਾਸੇ ਹੈ ਕੋਰੋਮੰਡਲ ਹੈ, ਕੋਕਣ ਹੈ, ਮਾਲਾਬਾਰ ਕੋਸਟ ਹੈ, ਕਾਠਿਆਵਾੜ ਹੈ, ਕੱਚ ਹੈ, ਇਹਨਾਂ ਦੇ ਨਾਲ ਰਿਲੇਟਡ ਅਕਸਰ ਹੀ ਸਾਨੂੰ ਜਿਹੜੇ ਕੁਸ਼ਚਨ ਹੈ ਉਹ ਪੁੱਛੇ ਜਾਂਦੇ ਹੈ। ਉਤਕਲ ਜਿਹੜਾ ਬੱਚੇ ਉਹ ਕਿਹਨੂੰ ਕਿਹਾ ਜਾਂਦਾ ਹੈ, ਉੜੀਸਾ ਨੂੰ ਕਿਹਾ ਜਾਂਦਾ, ਤਾਂ ਉੜੀਸਾ ਦੇ ਨਾਲ ਲੱਗਦਾ ਹੋਇਆ ਏਰੀਆ ਜਿਹੜਾ ਹੈ ਉਹ ਕਿੱਥੋਂ ਕਿੱਥੇ ਤੱਕ ਕੰਮ ਕਰਦਾ ਹੈ, ਤਾਂ ਅਸੀਂ ਕਹਿ ਸਕਦੇ ਹਾਂ ਇੱਥੋਂ ਤੱਕ ਜਿਹੜਾ ਕੰਮ ਹੈ ਉਹ ਕਿਤੇ ਨਾ ਕਿਤੇ ਕਰਦਾ ਹੈ। ਉਮੀਦ ਕਰਦਾ ਇੱਥੋਂ ਤੱਕ ਚੀਜ਼ਾਂ ਤੁਹਾਡੀਆਂ ਜਿਹੜੀਆਂ ਬੱਚੇ ਕਲੀਅਰ ਹੋਣਗੀਆਂ। ਬਈ ਦੇਖ ਲਓ ਜਲਦੀ ਜਲਦੀ ਇੱਥੋਂ ਤੱਕ ਚੀਜ਼ਾਂ ਕਲੀਅਰ ਨੇ ਬਈ। ਬਈ ਇੱਕ ਕੁਸ਼ਚਨ ਹੋਰ ਬਹੁਤ ਇੰਪੋਰਟੈਂਟ ਪੁੱਛਿਆ ਜਾਂਦਾ, ਠੀਕ ਹੈ ਵੀ, ਇੱਕ ਕੁਸ਼ਚਨ ਹੋਰ ਹੈ ਜਿਹੜਾ ਕਿ ਅਕਸਰ ਹੀ ਪੀਐਸ ਸੈਟ ਦੇ ਵਿੱਚ ਸਾਡੇ ਤੋਂ ਪੁੱਛਿਆ ਜਾਂਦਾ। ਬਈ ਕਿਹੜਾ ਕੁਸ਼ਚਨ ਪੁੱਛਿਆ ਜਾਂਦਾ ਹੁੰਦਾ, ਤਾਂ ਸਾਡੇ ਤੋਂ ਅਕਸਰ ਹੀ ਇੱਕ ਕੁਸ਼ਚਨ ਪੁੱਛਿਆ ਜਾਂਦਾ ਹੁੰਦਾ ਕਿ ਭਾਰਤ ਦੇ ਕਿਸ ਕਿਸ ਏਰੀਆ ਤੋਂ ਜਿਹੜੀ ਮਕਰ ਰੇਖਾ ਵਿੱਚ ਜਿਹੜੀ ਕਿ ਵਿਚਾਲੋਂ ਦੀ ਭਾਰਤ ਦੇ ਨਿਕਲਦੀ ਹੈ ਉਹ ਕਿਹੜੇ ਕਿਹੜੇ ਏਰੀਆ ਤੋਂ ਨਿਕਲਦੀ ਹੈ। ਠੀਕ ਹੈ ਵੀ, ਇੱਕ ਇੱਥੋਂ ਦੀ ਰੇਖਾ ਨਿਕਲਦੀ ਹੈ ਬੱਚੇ, ਜਿਹਨੂੰ ਅਸੀਂ ਕੀ ਹੈ ਕਰਕ ਰੇਖਾ ਕਿ ਮਕਰ ਰੇਖਾ ਦਾ ਕਰਕ ਰੇਖਾ ਦਾ ਨਾਮ ਦੇ ਦਿੰਦੇ ਹਾਂ। ਕਿਹੜੇ ਕਿਹੜੇ ਏਰੀਆ ਤੋਂ ਨਿਕਲਦੀ ਹੈ, ਤਾਂ ਬਈ ਉਹ ਜਿਹੜੀ ਹੈ ਗੁਜਰਾਤ ਤੋਂ, ਮੱਧ ਪ੍ਰਦੇਸ਼ ਤੋਂ, ਥੋੜਾ ਜਿਹਾ ਏਰੀਆ ਬੱਚੇ ਰਾਜਸਥਾਨ ਦਾ, ਛੱਤੀਸਗੜ੍ਹ ਹੈ, ਝਾਰਖੰਡ ਹੈ, ਵੈਸਟ ਬੰਗਾਲ ਹੈ, ਤ੍ਰਿਪੁਰਾ ਹੈ,
ਅਤੇ ਆਪਾਂ ਕਹਿ ਸਕਦੇ ਹਾਂ ਮਿਜ਼ੋਰਮ ਜਿਹੜਾ ਹੈ ਇਹਨਾਂ ਇਹਨਾਂ ਏਰੀਆ ਤੋਂ ਜਿਹੜੀ ਮਕਰ ਰੇਖਾ ਬੱਚੇ ਉਹ ਭਾਰਤ ਦੇ ਸੈਂਟਰ ਦੇ ਵਿੱਚ ਦੀ ਹੋ ਕੇ ਨਿਕਲਦੀ ਹੈ। ਇਸ ਦੇ ਨਾਲ ਰਿਲੇਟਡ ਅਕਸਰ ਹੀ ਪੀਐਸ ਕੈਟ ਦੇ ਵਿੱਚ ਬੱਚੇ ਕੁਐਸਚਨ ਜਿਹੜਾ ਹੈ ਪੁੱਛਿਆ ਜਾਂਦਾ ਹੁੰਦਾ। ਤਾਂ ਇਸਨੂੰ ਅਸੀਂ ਯਾਦ ਕਿਵੇਂ ਕਰ ਸਕਦੇ ਹਾਂ ਕਿ ਕਿਹੜੇ ਕਿਹੜੇ ਏਰੀਆਸ ਤੋਂ ਨਿਕਲਦੀ ਹੈ? ਤਾਂ ਬਈ ਇਸਦਾ ਜਿਹੜਾ ਇੱਕ ਬਹੁਤ ਅੱਛੀ ਟ੍ਰਿਕ ਹੈ, ਮੇਰਾ ਮਿੱਤਰ, ਠੀਕ ਹੈ ਵੀ, ਮੇਰਾ ਮਿੱਤਰ ਕੀ ਕਹਿੰਦਾ ਹੈ, ਝਾਰਖੰਡ ਪਰ ਛਾ ਗਿਆ। ਕਾਹਦੇ ਤੇ ਛਾ ਗਿਆ? ਝਾਰਖੰਡ ਪਰ ਛਾ ਗਿਆ। ਆਹੀ ਇਸਦੀ ਕੀ ਹੈ ਬਈ, ਸਾਨੂੰ ਕੀ ਦਿੱਤੀ ਹੋਈ ਹੈ, ਟ੍ਰਿਕ ਦਿੱਤੀ ਹੋਈ ਹੈ, ਜਿਹਦੇ ਵਿੱਚ ਕੀ ਹੈ ਬਈ, ਛਾ ਗਿਆ ਮੇਰੇ ਤੋਂ, ਮਤਲਬ ਕੀ ਹੈ, ਸਭ ਤੋਂ ਪਹਿਲਾਂ ਐਮ ਆਏਗਾ। ਐਮ ਤੋਂ ਕੀ ਆ ਜਾਏਗਾ ਬਈ, ਕਿਹੜਾ ਦਿੱਤਾ ਹੋਇਆ ਸਾਡੇ ਕੋਲ, ਮਿਜ਼ੋਰਮ ਦਿੱਤਾ ਹੋਇਆ। ਐਮ ਤੇ ਮੇਰੇ ਤੇ ਕੀ ਆਏਗਾ, ਮੇਰੇ ਤੇ ਕੀ ਆ ਜਾਏਗਾ ਬਈ, ਮਿਜ਼ੋਰਮ, ਠੀਕ ਹੈ ਬਈ, ਕੀ ਆ ਜਾਏਗਾ, ਮਿਜ਼ੋਰਮ ਆ ਜਾਏਗਾ। ਮਿਜ਼ੋਰਮ ਜਿਹੜਾ ਹੈ ਇਹਦੇ ਵਿੱਚੋਂ ਦੀ ਜਿਹੜੀ ਕਰਕ ਰੇਖਾ ਹੈ ਬੱਚੇ ਉਹ ਕਿਤੇ ਨਾ ਕਿਤੇ ਗੁਜ਼ਰਦੀ ਹੈ, ਠੀਕ ਹੈ। ਰਾਤ ਤੋਂ ਕੀ ਆ ਜਾਏਗਾ ਬਈ, ਰਾਜਸਥਾਨ, ਠੀਕ ਹੈ ਬਈ, ਰਾਤ ਤੋਂ ਕੀ ਆ ਜਾਏਗਾ, ਰਾਜਸਥਾਨ ਆ ਜਾਏਗਾ। ਤਾਂ ਰਾਜਸਥਾਨ ਦਾ ਜੋ ਥੋੜਾ ਜਿਹਾ ਏਰੀਆ ਹੈ ਬੱਚੇ ਉੱਥੋਂ ਦੀ ਜਿਹੜੀ ਕਰਕ ਰੇਖਾ ਹੈ ਉਹ ਕਿਤੇ ਨਾ ਕਿਤੇ ਗੁਜ਼ਰਦੀ ਹੈ, ਠੀਕ ਹੈ ਬਈ। ਮੇਰਾ ਮਿੱਤਰ ਤੋਂ, ਮੀ ਤੋਂ ਫਿਰ ਕੀ ਆ ਜਾਏਗਾ ਬਈ, ਠੀਕ ਹੈ, ਮੈਂ ਤੋਂ ਕੀ ਆ ਜਾਏਗਾ, ਮੱਧ ਪ੍ਰਦੇਸ਼, ਕੱਲਾ ਮੈਂ ਕਰ ਲੈਂਦੇ ਹਾਂ ਮਿੱਤਰ ਦਾ ਮੈਂ। ਤਾਂ ਐਮ ਪੀ ਆ ਗਿਆ ਬਈ, ਐਮ ਪੀ ਪੂਰੇ ਦਾ ਪੂਰਾ ਇਸ ਦੇ ਵਿੱਚ ਆਉਂਦਾ ਹੈ, ਠੀਕ ਹੈ ਬਈ, ਐਮ ਪੀ ਕੱਲਾ ਕਰ ਦਿੰਦੇ ਹਾਂ, ਮੱਧ ਪ੍ਰਦੇਸ਼ ਕਰ ਦਿੰਦੇ ਹਾਂ। ਤ੍ਰੈ ਤੋਂ ਆ ਗਿਆ ਬਈ ਤ੍ਰਿਪੁਰਾ, ਠੀਕ ਹੈ ਬਈ, ਕੀ ਆ ਗਿਆ, ਤ੍ਰਿਪੁਰਾ, ਤ੍ਰਿਪੁਰਾ ਦੇ ਵਿੱਚ ਦੀ ਵੀ ਤਾਂ ਆਹ ਵਾਲੀ ਲਾਈਨ ਜਿਹੜੀ ਹੈ ਕਿਤੇ ਨਾ ਕਿਤੇ ਗੁਜ਼ਰਦੀ ਹੈ, ਠੀਕ ਹੈ। ਉਸ ਤੋਂ ਅੱਗੇ ਕੀ ਆ ਗਿਆ ਬਈ, ਝਾਰਖੰਡ ਦਾ, ਝਾਰਖੰਡ ਪੂਰਾ ਕਰ ਲਓ। ਛਾ ਦਾ ਛੱਤੀਸਗੜ੍ਹ ਆ ਗਿਆ ਬਈ, ਛੱਤੀਸਗੜ੍ਹ ਦੇ ਵਿੱਚ ਦੀ ਵੀ ਨਿਕਲਦੀ ਹੈ ਇੱਥੋਂ ਦੀ, ਠੀਕ ਹੈ। ਵੈਸਟ ਬੰਗਾਲ ਗੈ ਤੋਂ ਆਪਾਂ ਕਹਿ ਸਕਦੇ ਹਾਂ ਬੰਗਾਲ ਜਿਹੜਾ ਹੈ ਬੱਚੇ ਪੂਰੇ ਦਾ ਪੂਰਾ ਆ ਜਾਏਗਾ ਇਸ ਤਰੀਕੇ ਦੇ ਨਾਲ, ਠੀਕ ਹੈ ਬਈ। ਇਸ ਤਰੀਕੇ ਨਾਲ ਤੁਸੀਂ ਕੀ ਹੈ ਇਹਨਾਂ ਚੀਜ਼ਾਂ ਨੂੰ ਯਾਦ ਕਰ ਸਕਦੇ ਹੋ ਕਿ ਮੇਰਾ ਮਿੱਤਰ ਜਿਹੜਾ ਹੈ ਉਹ ਕਿੱਥੇ ਛਾ ਗਿਆ, ਝਾਰਖੰਡ ਦੇ ਉੱਪਰ ਛਾ ਗਿਆ। ਇੱਕ, ਦੋ, ਤਿੰਨ, ਚਾਰ, ਪੰਜ, ਛੇ, ਸੱਤ, ਸੱਤ ਰਾਜਾਂ ਦੇ ਵਿੱਚ ਦੀ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਕਰਕ ਰੇਖਾ ਹੈ ਬੱਚੇ ਉਹ ਕਿਤੇ ਨਾ ਕਿਤੇ ਨਿਕਲਦੀ ਹੈ। ਤਾਂ ਇਸ ਤਰੀਕੇ ਦਾ ਕੁਐਸਚਨ ਜਿਹੜਾ ਹੈ ਸਾਨੂੰ ਅਕਸਰ ਹੀ ਪੁੱਛ ਲਿਆ ਜਾਂਦਾ ਹੈ। ਉਮੀਦ ਕਰਦਾ ਵੀ ਇੱਥੋਂ ਤੱਕ ਜਿਹੜੀਆਂ ਚੀਜ਼ਾਂ ਨੇ ਬੱਚੇ ਤੁਹਾਨੂੰ ਕਲੀਅਰ ਹੋਣਗੀਆਂ। ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਧੰਨਵਾਦ, ਮਿਲਦੇ ਹਾਂ ਫਿਰ ਬੱਚੇ ਆਪਾਂ ਨੈਕਸਟ ਦੇ ਵਿੱਚ। ਥੈਂਕ ਯੂ ਵੈਰੀ ਮੱਚ।